ਅਗਲਾ ਨਾਂ ਤੁਹਾਡੀ ਫੀਲਡ ਤੋਂ ਹਟ ਕੇ ਆਸਿਫ ਜੱਟ ਜੀ ਜੀ ਆਸਿਫ ਜੱਟ ਮਾਸ਼ਾਅੱਲਾ ਬੜੀ ਗ੍ਰੇਟ ਪਰਸਨੈਲਿਟੀ ਹੈ ਜੇਲਮ ਜਿਸ ਟਾਈਮ ਵੀ ਮੈਂ ਆਵਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਰਾਮ ਜ਼ਰੂਰ ਮੁਲਾਕਾਤ ਕਰਕੇ ਜਾਵਾਂ ਇਹ ਤਾਂ ਝੂਠ ਹੈ ਨਹੀਂ ਝੂਠ ਨਹੀਂ ਸਰ ਅੱਜ ਵੀ ਅਸੀਂ ਇੱਥੇ ਰਡਾਰ ਲਾਈਨ ਭਾਜੀ ਸਾਨੂੰ ਪਤਾ ਲੱਗ ਜਾਂਦਾ ਬੰਦਾ ਸਾਡਾ ਨਾਂ ਨਹੀਂ ਬਸ ਸਾਡੀ ਕੋਸ਼ਿਸ਼ ਹੁੰਦੀ ਹੈ ਲਾਜ਼ਮੀ ਵਾ ਖੁਆਇਸ਼ ਹੁੰਦੀ ਹੈ ਮੁਲਾਕਾਤ ਕਰਕੇ ਜਾਈਏ ਕਿਉਂਕਿ ਜਿਤਨੀਆਂ ਮੁਲਾਕਾਤਾਂ ਨਾਲ ਕੀਤੀਆਂ ਨੇ ਇਹਨਾਂ ਕੋਲ ਬਹੁਤ ਕੁਛ ਸਿੱਖਣ ਵਾਸਤੇ ਲੱਭਿਆ ਅੱਛਾ ਬਰਾਦਰਾਨਾ ਮਸ਼ਵਰਾ ਦੇਣ ਦੇ ਔਰ ਅਰਸ਼ਦ ਤਾਰੜ ਦੇ ਮਾਮਲੇ ਵਿੱਚ ਹੀ ਗੱਲ ਚੱਲ ਰਹੀ ਆ ਉਹਨਾਂ ਨਾਲ ਮੈਂ ਉਹਨਾਂ ਨਾਲ ਕਿਹਾ ਵਾ ਗੁੱਸੇ ਹੋਏ ਆ ਅਰਸ਼ਦ ਨਾਲ ਬਾਈ ਮੇਰੀ ਗੱਲ ਨਹੀਂ ਮੰਨਦਾ ਅਤੇ ਉਹਨੇ ਹੀ ਮੈਨੂੰ ਸਮਝਾਇਆ ਵਾ ਜਾਣੂ ਜਿਵੇਂ ਦਾ ਵੀ ਹੋਵੇ ਨਾ ਜਾਣੂ ਹੀ ਆਉਂਦਾ ਨਾ ਉਹਦੇ ਨਾਲ ਹੀ ਖਿਲਾਉਣਾ ਆਉਂਦਾ ਨਾ ਅਤੇ ਮਾਸ਼ਾਅੱਲਾ ਇਹਦੀਆਂ ਉਹਨਾਂ ਬਹੁਤ ਜ਼ਿਆਦਾ ਗੱਲਾਂ ਨੇ ਜਿਨ੍ਹਾਂ ਦਾ ਬੰਦਾ ਮੁਤਾਸਰ ਹੁੰਦਾ ਔਰ ਮਾਸ਼ਾਅੱਲਾ ਜਿਵੇਂ ਉਹ ਇੱਕ ਅੱਛੇ ਟਰੈਕ 'ਤੇ ਚੱਲ ਰਹੇ ਨੇ ਕੋਈ ਲੇਡੀਜ਼ ਜਾਂ ਕਿਸੇ ਚੀਜ਼ ਤੋਂ ਉਹ ਵਾਇਰਲ ਨਹੀਂ ਹੋ ਰਿਹਾ ਫਾਇਦਾ ਨਹੀਂ ਉਠਾ ਰਿਹਾ ਅੱਛਾ ਇਮੇਜ ਉਹਨਾਂ ਦਾ ਬਹੁਤ ਅੱਲਾਹ ਪਾਕ ਉਹਨਾਂ ਨੂੰ ਮਜ਼ੀਦ ਇਸ ਤਰ੍ਹਾਂ ਦੇਵੇ।